ਜਿਹੜੇ ਅਫਸਰ ਨੇ ਅੱਜ ਦੇ ਦਿਨ ਦੇ ਬਲਾਂਗਾ ਖੁੱਲ ਗਿਆ ਸਭ ਤੋਂ ਪਹਿਲਾਂ ਤੇ ਮੈਂ ਗੁਰੂ ਨਾਨਕ ਸਾਹਿਬ ਤੇ ਗੁਰਪੁਰਬ ਦੀ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਔਰ ਨਾਲ ਹੀ ਜਿਹੜਾ ਲਾਂਘਾ ਖੁੱਲਿਆ ਇਹਦੀ ਵੀ ਮੁਬਾਰਕਬਾਦ ਦਿੰਦਾ ਕਿਉਂਕਿ ਬਹੁਤ ਦੇਰ ਬਾਅਦ ਦੋ ਸਾਲ ਦੇ ਤਕਰੀਬਨ ਹਫ਼ਤੇ ਤੋਂ ਬਾਅਦ ਫਿਰ ਦੁਬਾਰਾ ਜਾਣ ਦਾ ਉੱਥੇ ਮੱਥਾ ਟੇਕਣ ਦਾ ਅਵਸਰ ਸਾਰਿਆਂ ਨੂੰ ਮਿਲਿਆ ਔਰ ਮੈਂ ਪੂਰੇ ਨਾਨਕ ਨਾਮ ਦੇ ਵਾ ਜਿੰਨੇ ਵੀ ਜਿੱਥੇ ਵੀ ਕੋਈ ਹੈਗੇ ਨੇ ਇੰਡੀਆ ਦੇ ਵਿੱਚ ਉਹਨਾਂ ਨੂੰ ਵੀ ਬੇਨਤੀ ਕਰਦਾ ਅਤੇ ਇਹਦਾ ਸੋਹਣਾ ਗੁਰਦੁਆਰਾ ਉਹਨਾਂ ਨੇ ਤਿਆਰ ਕੀਤਾ ਇੰਨੀ ਸੇਵਾ ਕੀ ਕਰੀ ਹੈ ਉੱਥੇ ਅਤੇ ਸਾਨੂੰ ਵੱਧ ਤੋਂ ਵੱਧ ਉੱਥੇ ਜਾ ਕੇ ਮੱਥਾ ਟੇਕਣਾ ਚਾਹੀਦਾ ਔਰ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨੀ ਚਾਹੀਦੀ ਉੱਥੇ ਜਾ ਕੇ ਜਾਂ ਇੱਧਰੋਂ ਜਿਹੜੀ ਸੰਗਤ ਜਾਂਦੀ ਹੈ ਜਾਂ ਉੱਥੇ ਦੇ ਅਤੇ ਉੱਥੋਂ ਦੀ ਗੌਰਮੈਂਟ ਦਾ ਮੈਂ ਧੰਨਵਾਦ ਕਰਦਾ ਕਿ ਮੈਂ 2004 ਦੇ ਵਿੱਚ ਜਦੋਂ ਪਹਿਲਾ ਅਖੰਡ ਪਾਠ ਸਾਹਿਬ 47 ਤੋਂ ਬਾਅਦ ਹੋਇਆ ਉਸ ਵੇਲੇ ਵੀ ਮੈਂ ਔਰ ਬਟਾਲਾ ਸਾਹਿਬ ਜਿਹੜੇ ਮਰਹੂਮ ਵੱਡੇ ਬਟਾਲਾ ਸਾਹਿਬ ਜੀ ਅਸੀਂ ਦੋਨੇ ਉਸ ਟਾਈਮ ਸਾਨੂੰ ਉੱਥੋਂ ਬੁਲਾਇਆ ਗਿਆ ਸੀ ਕਿਉਂਕਿ ਮੈਂ ਡੇਰ ਬਾਬਾ ਨਾਨਕ ਤੋਂ MLA ਸੀ ਅਤੇ ਉਸ ਵੇਲੇ ਫਤਿਹਗੜ੍ਹ ਸੂਬਿਆਂ ਤੋਂ ਅਤੇ ਉਹ ਕਿਰਦਾਰ ਸਾਹਿਬ ਹੋ ਰਹੇ ਸੀ ਅਤੇ ਉਸ ਟਾਈਮ ਗੁਰਦੁਆਰਾ ਸਾਹਿਬ ਤੋਂ ਹੁਣ ਜਿਹੜਾ ਮੈਂ ਜਦੋਂ ਲੰਘ ਕੇ ਗਿਆ ਜਦੋਂ ਪਹਿਲੀ ਵਾਰ ਖੁੱਲ੍ਹਿਆ ਜਿੰਨੀ ਸੇਵਾ ਕੀਤੀ ਆ ਅਸੀਂ ਇੱਕ ਪਾਸੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਖੁੱਲ੍ਹੇ ਦਰਸ਼ਨ ਦੀਦਾਰ ਦੇਣ ਅਤੇ ਅਰਦਾਸ ਦੇ ਨਾਲ ਨਾਲ ਸਾਨੂੰ ਆਪਣੇ 'ਤੇ ਹੋਰ ਅਰਦਾਸ ਨੂੰ ਲਾਗੂ ਕਰਨਾ ਚਾਹੀਦਾ ਕਿ ਜੇ ਸਵੇਰੇ ਅਰਦਾਸ ਕਰਦੇ ਹਾਂ ਅਤੇ ਜੇ ਆਪਾਂ ਕਰਤਾਰਪੁਰ ਸਾਹਿਬ ਜਿੱਥੇ ਉਹਨਾਂ ਦਾ ਅੰਤਮ ਸਥਾਨ ਹੈ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਸਰਬ ਸਾਂਝੀ ਬਾਤ ਕਰੇ ਕੀਤਾ ਅਤੇ ਅੰਤਮ ਸਥਾਨ ਦੇ ਦਰਸ਼ਨ ਵੀ ਕੀਤੇ ਅਤੇ ਉੱਥੇ ਕੋਈ ਅਰਦਾਸ ਦੀ ਕਬੂਲ ਅਤੇ ਸਾਨੂੰ ਸਾਰਿਆਂ ਨੂੰ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਵੀ ਸਾਰੇ ਅੱਜ ਤੁਹਾਡੇ ਪ੍ਰੈਸ ਵਾਲੇ ਬਹੁਤ ਜ਼ਿਆਦਾ ਮੈਨੂੰ ਮਿਲੇ ਨੇ ਉੱਥੇ ਤੁਸੀਂ ਵੀ ਸਾਰੇ ਉੱਥੇ ਜਾ ਕੇ ਦਰਸ਼ਨ ਕਰੋ ਔਰ ਨਾਲ ਹੀ ਜਿਹੜੇ ਅੱਜ ਖੇਤੀ ਕਾਨੂੰਨ ਜਿਹੜੇ ਵਾਪਸ ਹੋਏ ਉਹਨਾਂ ਦੇ ਬਾਰੇ ਇਸੇ ਜਿੱਥੇ ਅਸੀਂ ਅੱਜ ਮੱਥਾ ਟੇਕਣ ਗਏ ਹਾਂ ਜਿੱਥੇ ਮੱਥਾ ਟੇਕ ਕੇ ਆਏ ਹਾਂ ਕਰਤਾਰਪੁਰ ਸਾਹਿਬ ਅੱਜ ਸਾਹਮਣਾ ਜਿੱਥੇ ਡੇਰਾ ਬਾਬਾ ਨਾਨਕ ਸਭ ਤੋਂ ਪਹਿਲਾਂ ਡੇਰਾ ਬਾਬੇ ਨਾਨਕ ਨੇ ਇਸ ਚੜ੍ਹ ਕੇ ਲਾਇਆ ਸੀ ਇਸੇ ਕਰਕੇ ਡੇਰਾ ਬਾਬਾ ਨਾਨਕ ਨਾਂ ਰੱਖਿਆ ਗਿਆ ਇੱਕ ਦੁਨੀਆਂ ਦੇ ਵਿੱਚ ਇੱਕੋ ਨਾਮ ਸ਼ਹਿਰ ਹੈ ਜਿੱਥੇ ਗੁਰੂ ਦੇ ਨਾਂ 'ਤੇ ਸ਼ਹਿਰ ਦਾ ਨਾਮ ਇੱਥੋਂ ਉੱਠ ਕੇ ਉਹਦੇ ਪਿੰਡ ਗਏ ਅਤੇ ਉੱਥੇ ਖੇਤੀ ਕੀਤੀ ਅਤੇ ਅੱਜ ਦੇ ਦਿਨ ਖੇਤੀ ਦੇ ਕਾਨੂੰਨ ਜਿਹੜੇ ਕਾਲੇ ਕਾਨੂੰਨ ਜਿਨ੍ਹਾਂ ਨੂੰ ਕਿਹਾ ਗਿਆ ਸੀ ਉਹਨਾਂ ਨੂੰ ਰੱਦ ਕੀਤਾ ਗਿਆ ਔਰ ਬਹੁਤ ਟਾਈਮ ਇੱਥੇ ਗਵਰਨਮੈਂਟ ਆਫ ਇੰਡੀਆ ਜਿਹੜੀ ਇਹ ਕਹਿੰਦੀ ਰਹੀ ਕਿ ਕਾਨੂੰਨ ਠੀਕ ਨੇ ਕਿਸਾਨੀ ਦੇ ਹੱਕ 'ਚ ਨੇ ਅਲਟੀਮੇਟਲੀ ਬਾਬੇ ਨਾਨਕ ਦੇ ਗੁਰਪੁਰਬ 'ਤੇ ਉਹਨਾਂ ਨੂੰ ਕਹਿਣਾ ਪਿਆ ਅਤੇ ਇਹ ਕਾਨੂੰਨ ਅਸੀਂ ਰੱਦ ਕਰਦੇ ਹਾਂ ਇਹ ਕਿਸਾਨੀ ਦੇ ਹੱਕ 'ਚ ਨੇ ਅੱਜ ਤੋਂ 550 ਸਾਲ ਪਹਿਲਾਂ 552 ਸਾਲ ਪਹਿਲਾਂ ਬਾਬੇ ਨਾਨਕ ਨੇ ਇੱਕ ਚੀਜ਼ ਕਹੀ ਸੀ ਕਿ ਖੇਤੀ ਜਿਹੜੀ ਉੱਤਮ ਖੇਤੀ ਮੱਧਮ ਉਪਾਤ ਅਤੇ ਖਿੱਧ ਚਾਕਰੀ ਅੱਜ ਉਹ ਜਿਹੜਾ ਗੁਰੂ ਨੇ ਇੰਨੇ 100 ਸਾਲ ਪਹਿਲਾਂ ਜਿਹੜਾ ਪ੍ਰਸਾਰਣ ਕੀਤਾ ਸੀ ਉਹ ਅੱਜ ਸਿੱਧ ਹੋ ਗਿਆ ਅਤੇ ਖੇਤੀ ਤੋਂ ਬਿਨਾਂ ਕੋਈ ਵਰਲਡ ਨਹੀਂ ਚੱਲ ਸਕਦਾ ਦੁਨੀਆਂ ਦਾ ਕੋਈ ਜੀਵ ਜੰਤੂ ਜਾਂ ਇਨਸਾਨ ਜਿਹੜਾ ਉਹ ਨਹੀਂ ਚੱਲ ਸਕਦਾ ਜੇ ਖੇਤੀ ਨਹੀਂ ਅਤੇ ਜਿੱਥੇ ਮੈਂ ਇਹ ਜਿੱਥੇ ਇਹਨਾਂ ਨੂੰ ਇਹ ਕਹਿੰਦੇ ਕਿ ਜੇ ਕੋਈ ਇਹ ਕਵੇ ਕਿ ਖੇਤੀ ਇੱਕ ਲਾਹੇਵੰਦ ਹੁੰਦਾ ਇਹ ਕਦੀ ਨਹੀਂ ਬਣ ਸਕਦਾ ਇਹਨੂੰ ਸਰਕਾਰਾਂ ਹੀ ਸਪੋਰਟ ਕਰਨਗੀਆਂ ਅਤੇ ਖੇਤੀ ਚੱਲੇਗੀ ਤਾਂ ਹੀ ਇਨਸਾਨੀਅਤ ਵਧੇਗਾ ਤਾਂ ਹੀ ਜੀਵ ਜੰਤੂ ਜਿਹੜੇ ਬਚਣਗੇ ਤਾਂ ਗਵਰਨਮੈਂਟ ਆਫ ਇੰਡੀਆ ਨੇ ਜਿਹੜੇ ਕੀਤਾ ਮੈਂ ਉਹਦਾ ਸਵਾਗਤ ਕਰਦਾ ਪਰ ਨਾਲ ਹੀ ਮੈਂ ਇਹ ਵੀ ਕਹਿੰਦਾ ਕਿ ਇੰਨੇ 11 ਮਹੀਨੇ ਜਿਹੜਾ ਸੰਤਾਪ ਅਸੀਂ ਭੋਗਿਆ ਪੂਰੇ ਏਰੀਆ ਦੇ ਕਿਸਾਨਾਂ ਨੇ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਅੱਜ ਦਿਨ ਮੈਂ ਮੁਬਾਰਕਬਾਦ ਵੀ ਦਿੰਦਾ ਕਿ ਇੰਨੇ ਸੰਤਾਪ ਭੋਗਣ ਦੇ ਬਾਵਜੂਦ ਜਿੰਨੀ ਸਹਿਣਸ਼ੀਲਤਾ ਮੇਰੇ ਖਿਆਲ ਪਹਿਲਾ ਇੱਕ ਇਹੋ ਜਿਹੀ ਐਜੂਕੇਸ਼ਨ ਹੈ ਜਿਹਦੇ 'ਚ ਕੋਈ ਵਾਇਲੈਂਸ ਨਹੀਂ ਹੋਈ ਕਿਉਂਕਿ ਹਰ ਥਾਂ ਇਸ ਤਰ੍ਹਾਂ ਪੱਥਰ ਚੱਲਦੇ ਸੀ ਕਿਸਾਨਾਂ ਨੇ ਬਾਬੇ ਨਾਨਕ ਦੇ ਰਸਤੇ ਦੇ ਚੱਲ ਕੇ ਸ਼ਾਂਤੀ ਦੇ ਨਾਲ ਸ਼ਾਂਤੀ ਦੇ ਦੂਤ ਬਣ ਕੇ ਪੂਰੀ ਦੁਨੀਆਂ ਨੂੰ ਦੱਸਿਆ ਕਿ ਅਸੀਂ ਆਪਣੀ ਲੜਾਈ ਜਿਹੜੀ ਜਾਰੀ ਕੀਤੀ ਸੀ ਅੰਗਰੇਜ਼ਾਂ ਦੇ ਵੇਲੇ ਵੀ ਜਦੋਂ ਭਗਤ ਸਿੰਘ ਦੇ ਚਾਚਾ ਜੀ ਨੇ ਪਗੜੀ ਸੰਭਾਲ ਜੱਟਾਂ ਦਾ ਨਾਰਾ ਲਾਇਆ ਸੀ ਉਸ ਵੇਲੇ ਵੀ ਉਸ ਸਰਕਾਰ ਨੂੰ 1 ਸਾਲ ਬਾਅਦ ਅੰਗਰੇਜ਼ਾਂ ਨੂੰ ਚਲੋ ਇਹ ਤਾਂ ਫਿਰ 1 ਮਹੀਨਾ ਪਹਿਲਾਂ 1 ਸਾਲ ਤੋਂ 1 ਮਹੀਨਾ ਪਹਿਲਾਂ ਕਰਕੇ ਉਦੋਂ ਵੀ 1 ਸਾਲ ਇਹ ਐਜੂਕੇਸ਼ਨ ਚੱਲੀ ਸੀ ਅਲਟੀਮੇਟਲੀ ਉਸ ਵੇਲੇ ਗੋਰੀ ਗੌਰਮੈਂਟ ਨੂੰ ਇਹਦੇ ਅੱਗੇ ਘੁੱਟਣੇ ਟੇਕਣੇ ਪਏ ਸੀ ਅੱਜ ਜਿੱਥੇ ਉਹਨਾਂ ਨੇ ਐਲਾਨ ਕੀਤਾ 11 ਮਹੀਨੇ ਜਿੱਥੇ ਪੰਜਾਬ ਦਾ ਵੀ ਨੁਕਸਾਨ ਹੋਇਆ ਪੰਜਾਬ ਦੀ ਡਿਵੈਲਪਮੈਂਟ ਦਾ ਪੰਜਾਬ ਦੇ ਫੰਡ ਜਿਹੜੇ ਆਉਣੇ ਸੀ ਦਿੱਲੀ 'ਚੋਂ BAP ਆਉਣੀ ਸੀ ਜਾਂ ਹੋਰ ਚੀਜ਼ਾਂ ਆਉਣੀਆਂ ਸੀ ਉਹਦੇ 'ਚ ਵੀ ਸਾਨੂੰ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਪਰ ਉਹਦਾ ਸਾਰੀਆਂ ਚੀਜ਼ਾਂ ਨੂੰ ਭੁੱਲ ਗਏ ਪੰਜਾਬੀ ਬਹੁਤ ਵੱਡੇ ਦਿਲ ਦੇ ਅਤੇ ਗੁਰੂ ਘਰ 'ਚ ਤਾਂ ਜਿਹੜਾ ਜਾ ਕੇ ਮਾਫ਼ੀ ਮੰਗਣ ਦੇ ਤਾਂ ਗੁਰੂ ਸਾਹਿਬ ਨੇ ਤਾਂ ਵੈਸੇ ਜਿਹੜਾ ਸ਼ਰਨ 'ਚ ਆ ਗਿਆ ਉਹਨੂੰ ਮਾਫ਼ ਕਰ ਦਿੱਤਾ ਇਹ ਦੇਖੋ ਇਹਨਾਂ ਨੇ ਜੋ ਕੀਤਾ ਇਹਨਾਂ ਪਾਰਲੀਮੈਂਟ 'ਚ ਜਿਹੜਾ ਕੁਝ ਲੈ ਕੇ ਆਉਣਗੇ
ਤੇ ਐਮਐਸਪੀ ਦੇ ਕੇ ਐਮਐਸਪੀ ਤੋਂ ਬਿਨਾਂ ਫਿਰ ਕਿਸਾਨੀ ਚੱਲ ਹੀ ਨਹੀਂ ਸਕਦੀ ਕਿ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਹੋਏ ਜਿਹੜੇ ਕਿਸਾਨੀ ਮੈਂ ਪਹਿਲਾਂ ਹੀ ਕਹਿਤਾ ਕਿ ਕਿਸੇ ਵੀ ਕੰਟਰੀ 'ਚ ਗਵਰਨਮੈਂਟ ਦੀ ਸਪੋਰਟ ਤੋਂ ਬਿਨਾਂ ਕੋਈ ਕਿਸਾਨੀ ਅੱਜ ਪਾਕਿਸਤਾਨ ਕਾਮਯਾਬ ਹੋ ਜਾਏ ਕਿਉਂਕਿ ਇੰਡਸਟਰੀ ਨੂੰ ਇਹਨੇ ਲੱਖਾਂ ਕਰੋੜ ਅਸੀਂ ਸਬਸਿਡੀਆਂ ਦੇ ਰਹੇ ਹਾਂ ਅਤੇ ਜਿੱਥੇ ਪਹਿਲਾਂ ਹੀ ਪੰਜਾਬ ਜਿਹੜਾ 80% ਜਾਂ ਬਾਕੀ ਸਟੇਟਾਂ ਜਿਹੜੀਆਂ ਨੇ ਉਹ ਖੇਤੀ ਦੇ ਉੱਤੇ ਇਹਨੂੰ ਖੇਤੀ ਨੂੰ ਵੀ ਇੰਡਸਟਰੀ ਵਾਂਗੂ ਹੁਣ ਸਾਨੂੰ ਕਰਨਾ ਪਏਗਾ। ਦੇਖੋ ਆਹ ਤੁਹਾਡੇ ਸਾਹਮਣੇ ਪਾਊਡਰ ਦਾ ਲਾਸਟ ਪਿੰਡ ਆ ਅਤੇ ਇੱਥੇ ਗੋਭੀ ਲੱਗੀ ਆ ਅਤੇ ਜੇ ਗੋਭੀ ਸਾਰੀ ਮਰ ਜਾਂਦੀ ਤਾਂ ਕਿਸਾਨ ਤਾਂ ਰਹਿਣਾ ਹੀ ਕੁਛ ਨਹੀਂ। ਇੰਡਸਟਰੀ ਵਾਲੇ 'ਚ ਇੰਸ਼ੋਰੈਂਸ ਹੋਈ ਹੈ, ਸਾਡੀ ਤਾਂ ਇੰਸ਼ੋਰੈਂਸ ਹੀ ਨਹੀਂ, ਸਾਰਾ ਕੁਛ ਪਰਮਾਤਮਾ ਦੇ ਸੇਵ ਉਹਦੇ ਕਿ ਜੇ ਆ ਗਈ ਫਸਲ ਠੀਕ ਹੈ ਨਹੀਂ ਆਈ ਤਾਂ ਖਤਮ ਸਭ ਕੁਛ। ਇਸ ਕਰਕੇ ਸਰਕਾਰ ਨੂੰ ਕਿਸਾਨੀ ਨੂੰ ਮਜ਼ਬੂਤ ਕਰਨੀ, ਜੇ ਹਿੰਦੂ ਕਿਸਾਨ ਮਜ਼ਬੂਤ ਆ ਤਾਂ ਜਿਹੜਾ ਦੇਸ਼ ਮਜ਼ਬੂਤ ਆ। ਐਵੇਂ ਥੋੜ੍ਹੀ ਤੁਸੀਂ ਲਾਬਾ ਦੇ ਸ਼ਾਸਨ ਪਿਆ ਜਵਾਨ ਪਿਆ ਕਿਸਾਨ ਦਾ ਨਾਰਾ ਲਾਇਆ ਸੀ ਅਤੇ ਇਹ ਸਾਨੂੰ ਚੱਲਣਾ ਪਏ। ਮੈਨੂੰ ਹੁਣ ਇੰਨਾ ਕੁਝ ਬੋਲਣਾ ਪਏਗਾ।